ਅਗਲੀ ਖਬਰਾਂ ਵੱਲ ਚਲਿਏ ਤੇ ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜੀ ਆ ਬਹੁਤ ਹੀ ਵਾਰਨਿੰਗ ਦਿੱਤੀ ਗਈ ਆ ਬਲੇਜ਼ਰਡ ਵਾਰਨਿੰਗ ਤੇ ਉਸ ਵਾਰਨਿੰਗ ਦੇ ਦੌਰਾਨ ਇਹ ਦੱਸਿਆ ਗਿਆ ਕਿ ਲੇਕਤਾਹੋ ਵਾਲਾ ਜਿਹੜਾ ਏਰੀਆ ਆ ਉੱਥੇ ਜਿਹੜੀਆਂ ਲੋ ਲੈਵਲ ਦੀਆਂ ਪਹਾੜੀਆਂ ਉੱਥੇ 3 ਤੋਂ ਲੈ ਕੇ 6 ਫੁੱਟ ਤੇ ਜਿਹੜੀਆਂ ਹਾਈ ਲੈਵਲ ਦੀਆਂ ਪਹਾੜੀਆਂ ਉੱਥੇ 10 ਫੁੱਟ ਤੱਕ ਸਨੋ ਪੈ ਸਕਦੀ ਆ ਤੇ ਸਭ ਤੋਂ ਜਿਹੜਾ ਖਤਰਨਾਕ ਇਸ਼ੂ ਹੈਗਾ ਆ ਉਹ ਹਵਾਵਾਂ ਦੀਆਂ 145 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਤੇਜ਼ ਚੱਲਣ ਗਿਆ ਸੋ ਜਦੋਂ ਹੁਣ ਤੁਸੀਂ ਹਿਸਾਬ ਲਾ ਲਓ ਭਜੀ 145 ਮੀਲ ਕਿਲੋਮੀਟਰ ਨਹੀਂ ਮੀਲ ਆ ਤੇ ਜੇ ਤੁਹਾਡੀ ਕਾਰ ਦੀ ਸਪੀਡ ਕਿਤੇ ਇੰਨੀ ਹੋਵੇ ਤਾਂ ਕਿੱਥੇ ਜਾਂਦੀ ਆ ਹਾਲਾਂਕਿ ਤੇ ਰਾਤ ਬਹੁਤ ਮਾੜੇ ਜਿਹੜੇ ਹਰਜੋਤ ਸਿੰਘ ਜੀ ਹੋਣ ਵਾਲੇ ਆ ਦੇਖੋ ਇਸੇ ਤੇ ਡਰਦੇ ਆ ਜਿੱਥੇ ਆਪਾਂ ਫਰੇਜਨੋ ਕਾਉਂਟੀ ਦੇ ਇਧਰਲੇ ਪਾਸੇ ਪਹਾੜੀਆਂ ਵੇਨੇ ਆ ਸਿਆਰਾ ਨਵਾੜਾ ਦਾ ਤਕਰੀਬਨ ਸਾਰੇ ਨੇੜੇ ਨੈਸ਼ਨਲ ਪਾਰਕ ਉਹਨਾਂ ਨੇ ਬੰਦ ਕੀਤੇ ਆ ਯੋਸਿਮਿਟੀ ਵਾਲਿਆਂ ਨੇ ਕਿਹਾ ਵੀ ਭਾਈ ਜਿਹੜੇ ਜਿਹੜੇ ਆ ਤਾਂ ਸਕਦੇ ਨਹੀਂ ਜਿਹੜੇ ਹੈਗੇ ਉਹ ਨਿਕਲੋ ਇੱਥੋਂ ਤੇ ਤਤਰ ਹੋਵੋ ਵੀ ਕੋਈ ਫਸ ਨਾ ਜਾਵੇ ਉਧਰ ਕਿੰਗਸ ਕੈਨੀਅਨ ਵਾਲੇ ਉਹਨਾਂ ਨੇ ਵੀ ਜਿਹੜੇ ਇਦਾਂ ਬੰਦ ਜਿਹੜੇ ਉਹ ਕੀਤੇ ਆ ਸੋ ਡੇਂਜਰਸ ਕੰਡੀਸ਼ਨ ਐਕਸਟ੍ਰੀਮ ਬਲਿਜ਼ਰਡ ਸਿਆਰਾ ਨਵਾਡਾ ਦੇ ਵਿੱਚ ਆਉਣ ਵਾਲਾ ਆ 8 ਤੋਂ 12 ਫੁੱਟ ਤੱਕ ਜਿਹੜੀ ਸਨੋ ਆ ਉਹ ਪੈਣੀ ਆ ਤੇਜ਼ ਹਵਾਵਾਂ ਜਿੱਦਾਂ ਹਰਜੋਸ਼ ਸਿੰਘ ਜੀ ਤੁਸੀਂ ਗੱਲ ਕਰ ਰਹੇ ਆ ਆਲਰੇਡੀ ਹਵਾਵਾਂ ਵਗਣੀਆਂ ਸ਼ੁਰੂ ਹੋ ਚੁੱਕੀਆਂ ਆ ਤੇ ਬਹੁਤ ਜਿਹੜੇ ਪੁਰਾਣੇ ਜਾਂ ਜਿਨ੍ਹਾਂ ਦੀਆਂ ਜੜਾਂ ਕਮਜ਼ੋਰ ਆ ਰੁੱਖਾਂ ਦੀਆਂ ਉਹ ਪੱਟ ਹੋ ਸਕਦੇ ਆ ਸੋ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਜਾਨੀਮਾਲੀ ਨੁਕਸਾਨ ਹੋਣ ਦਾ ਜਿਹੜਾ ਖਦਸ਼ਾ ਆ ਉਹ ਪ੍ਰਗਟਾਇਆ ਜਾ ਰਿਹਾ ਆ ਦੋ ਦਿਨ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਰਹਿਣਗੇ ਇਸ ਵਿంటర్ ਸਟਾਰਮ ਦੇ ਵਿੱਚ ਫਰਾਈਡੇ ਤੇ ਸੈਟਰਡੇ ਆ ਦੁਪਹਿਰੋਂ ਬਾਅਦ ਕਹਿੰਦੇ ਵੀ ਕੰਡੀਸ਼ਨਸ ਆ ਹੋਰ ਵੀ ਜ਼ਿਆਦਾ ਡਿਟੀਰੀਓਰੇਟ ਜਾਨੀ ਕਿ ਖਰਾਬ ਹੋਣ ਦਾ ਖਦਸ਼ਾ ਜਿਹੜਾ ਹੈ ਉਹ ਪ੍ਰਗਟਾਇਆ ਜਾ ਰਿਹਾ ਹੈ ਜੀ ਸੋ ਇਸੇ ਤਰ੍ਹਾਂ ਯੋਸਿਮਿਟੀ ਨੈਸ਼ਨਲ ਪਾਰਕ ਵੀ ਸ਼ਟਡਾਊਨ ਕਰ ਦਿੱਤਾ ਗਿਆ ਹੈਗਾ ਅੱਜ ਕੱਲ ਸਵੇਰ ਦਾ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਬਿ ਜਿਹੜੇ ਦਰਖਤ ਆ ਉਹ ਬਹੁਤ ਜ਼ਿਆਦਾ ਡਿੱਗ ਸਕਦੇ ਆ 145 ਮੀਲ ਪਰ ਆਵਰ ਦੀ ਹਿਸਾਬ ਦੀ ਜਿਹੜੀ ਸਪੀਡ ਆ ਉਹਦੇ ਨਾਲ ਪਲੇਸਰ ਕਾਉਂਟੀ ਦੇ ਵਿੱਚ ਵੀ ਬੁਰਾ ਹਾਲ ਆ ਜਿਹੜੇ ਟਰੱਕ ਆ ਉਹ ਵੀ ਉਲਟ ਸਕਦੇ ਆ ਆਲਰੇਡੀ ਬਹੁਤ ਸਾਰੀਆਂ ਪਿਕਚਰਜ਼ ਆ ਰਹੀਆਂ ਆ ਖਾਸ ਕਰਕੇ ਹਾਈਵੇ 80 ਦੇ ਉੱਤੇ ਜੋ ਇਧਰ ਰੀਨੋ ਵੱਲ ਨੂੰ ਜਾਂਦੇ ਆ ਕਿ ਉੱਥੇ ਜਿਹੜੇ ਟਰੱਕ ਆ ਉਹ ਉਲਟੇ ਹੈਗੇ ਆ ਹਵਾ ਤੇਜ ਦੇ ਨਾਲ ਅ ਸੋ ਜਿਹੜੇ ਟਰੱਕਰ ਭਰਾ ਆ ਉਹ ਵੀ ਬੜੇ ਧਿਆਨ ਦੇ ਨਾਲ ਜਿਹੜਾ ਆਪਣਾ ਚੈੱਕ ਕਰ ਲਓ ਤੇ ਚੁੱਪ ਕਰਕੇ ਪਾਰ ਕਰਕੇ ਕਿਸੇ ਨਹੀਂ ਬਿਲਕੁਲ ਸਹੀ ਗੱਲ ਜੀ ਕੋਈ ਵੀ ਜਿਹੜਾ ਟਰੱਕ ਸਟਾਪ ਘਟਨਾ ਦੇ ਨਾਲੋਂ ਦੇਰੀ ਭਲੀ ਜਿੱਦਾਂ ਆਖਿਆ ਜਾਂਦਾ ਆ ਸੋ ਇਹੀ ਬੇਅਰੀਆ ਦੇ ਵਿੱਚ ਹਰਜੋ ਸਿੰਘ ਜੀ ਇੰਨਾ ਜ਼ਿਆਦਾ 24 ਘੰਟੇ ਜਮੀ ਪੈ ਚੁੱਕਾ ਕਿਤੇ 1/4 ਇੰਚ ਤੋਂ ਲੈ ਕੇ 1/4 1 ਇੰਚ ਦੇ 3/4 ਆ ਜਾਨੀ ਕਿ ਪੌਣੇ 2 ਪੌਣੇ 2 ਇੰਚ ਤੱਕ ਵੀ ਜਿਹੜਾ ਮੀਂਹ ਆ ਉਹ 24 ਘੰਟਿਆਂ ਦੇ ਵਿੱਚ ਉਹ ਪੈ ਚੁੱਕਾ ਹੈਗਾ ਸੈਂਟਾ ਕ루ਜ਼ ਮਾਊਂਟੇਨਸ ਦੇ ਵਿੱਚ ਸੋ ਆਲਰੇਡੀ ਆਪਾਂ ਨੂੰ ਪਤਾ ਆ ਵੀ ਧਰਤੀ ਪੂਰੀ ਤਰ੍ਹਾਂ ਰੱਜੀ ਪਈ ਆ ਉਸ ਤੋਂ ਬਾਅਦ ਦੇ ਵਿੱਚ ਲੈਂਡਸਲਾਈਡ ਮਡ ਸਲਾਈਡ ਆਉਣ ਦੀ ਸੰਭਾਵਨਾ ਹੋਰ ਜ਼ਿਆਦਾ ਖਤਰਾ ਜਿਹੜਾ ਬਣ ਜਾਂਦਾ ਹੈਗਾ ਆ ਸੋ ਚੌਂਚ ਫੇਰੇ ਇਸ ਟਾਈਮ ਬਲਿਜ਼ਰਡ ਦੀ ਵਾਰਨਿੰਗ ਹੈ ਜਿਹੜਾ 145 ਮੀਲ ਇਨੀਆਂ ਵੀ ਹਰ ਇੱਕ ਪਾਸੇ ਇੰਨੀ ਜਿਹੜੀ ਸਪੀਡ ਚੱਲਣੀ ਆ ਅਤੇ ਜਿਹੜੇ ਪੁਸ਼ਟੇ ਵੀ ਕਿੰਨੇ ਦਿਨ ਰਹਿਣਾ ਆ ਇਹ ਸ਼ਨੀਚਰਵਾਰ ਤੱਕ ਜਿਆਦਾ ਜਿਹੜੀ ਇਹ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਆ ਜੇ ਪਾਣੀ ਭਰਿਆ ਰਿਹਾ ਤਾਂ ਆਉਣ ਵਾਲੇ ਕਈ ਦਿਨ ਤੱਕ ਵੀ ਉਹਦੇ ਕਰਕੇ ਆਉਣ ਜਾਣ ਦੇ ਵਿੱਚ ਜਿਹੜੀ ਬੰਦਸ਼ਾਂ ਜਿਹੜੀਆਂ ਹੋ ਆ ਸਕਦੀਆਂ ਆ ਪਰ ਮੇਨ ਜਿਹੜੀ ਇਹ ਦੋ ਦਿਨ ਜਿਹੜੀ ਸਥਿਤੀ ਬਣੀ ਪਈ ਆ ਇੰਨੀ ਜਿਆਦਾ ਸਨੋ ਦੇ ਕਰਕੇ ਯੂਐਸ ਫੋਰੈਸਟ ਸਰਵਿਸ ਜਿਹੜੀ ਸਿਆਰ ਆ ਐਵਲੈਂਚ ਸੈਂਟਰ ਆ ਉਹਨਾਂ ਨੇ ਪਹਿਲਾਂ ਹੀ ਆਵਲੈਂਚ ਵਾਰਨਿੰਗਸ ਜਿਹੜੀਆਂ ਆ ਉਕੋਸ਼ਿਤ ਕਰ ਦਿੱਤੀਆਂ ਜਾਂ ਕਿੰਨੇ ਵੀ ਨੈਚੁਰਲ ਐਵਲਾਂਚਸ ਕਿੰਨੇ ਵੀ ਬੈਕ ਕੰਟਰੀ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਜਿਹੜੇ ਉਹ ਮਿਲ ਸਕਦੇ ਆ ਤੇ ਲੋਕਾਂ ਨੂੰ ਟਰੈਵਲ ਕਰਨ ਤੋਂ ਉਹਨਾਂ ਨੇ ਰੋਕਿਆ ਹਦਾਇਤ ਦਿੱਤੀ ਆ ਵੀ ਤੁਸੀਂ ਨਾ ਹੀ ਜਿਹੜਾ ਉਹ ਟਰੈਵਲ ਕਰੋ ਯਾਦ ਹੋਣਾ ਅਰਜੋਨ ਸਿੰਘ ਜੀ ਪਿਛਲੇ ਦਿਨਾਂ 'ਚ ਆਪਾਂ ਖ਼ਬਰ ਕੀਤੀ ਸੀ ਵੀ ਐਲ.ਏ ਦੇ ਵਿੱਚ ਜਦੋਂ ਪਿਛਲਾ ਸਟਾਰਮ ਆਇਆ ਸੀ ਇੱਕ ਬੀਬੀ ਹਾਈਕ ਕਰਨ ਚੱਲੇ ਗਈ ਸੀ ਪਹਾੜਾਂ ਦੇ ਉੱਤੇ ਬੀ ਬਾਜ ਗਵਾਜ ਗਈ ਸੀ ਫਿਰ ਉਹ ਨੁਕਸਾਨ ਹੋ ਜਾਂਦਾ ਕਈ ਦੀ ਮੌਤ ਵੀ ਜਿਹੜੀ ਉਹ ਹੋ ਜਾਂਦੀ ਆ ਸੋ ਆ ਜਿਹੜੇ ਦੋ ਦੇਣਾ ਕਹਿੰਦੇ ਵੀ ਜੇ ਤੁਹਾਨੂੰ ਕੋਈ ਕੰਮ ਨਹੀਂ ਆ ਰੋਡ ਦੇ ਉੱਤੇ ਤੁਸੀਂ ਨਾ ਹੀ ਨਿਕਲੋ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਹੈਗੇ ਪੰਜਾਬੀ ਰੇਡੀਓ ਯੂਐਸਏ ਦੇ ਤੇ ਕੋਈ ਵੀ ਤੁਹਾਡੇ ਕੋਲ ਅਪਡੇਟ ਹੋਈ ਪੂਰਾ ਦਿਨ ਤੁਹਾਨੂੰ ਸਾਨੂੰ ਕਾਲ ਕਰਕੇ ਦੱਸਦੇ ਰਹੇ ਹੋ ਤੇ ਅਸੀਂ ਵੱਖ-ਵੱਖ ਪ੍ਰੋਗਰਾਮਾਂ 'ਚ ਆਪਣੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਨੂੰ ਅਪਡੇਟ ਕਰਦੇ ਰਹਾਂਗੇ ਸਿਚੁਏਸ਼ਨ ਇਹ ਆ ਵੀ ਇਹ ਕਹਿੰਦੇ ਜੇ ਤੁਸੀਂ ਘਰ ਦੇ ਵਿੱਚ ਆ ਤਾਂ ਘਰ ਦੇ ਵਿੱਚ ਰਹੋ ਤੇ ਜੇ ਤੁਸੀਂ ਹੋਟਲ 'ਚ ਆ ਹੋਟਲ 'ਚ ਰਹੋ ਬਾਹਲਾ ਬਾਹਰ ਨਾ ਨਿਕਲੋ ਆਨਲੈਸ ਕਿ ਤੁਹਾਨੂੰ ਬਹੁਤ ਐਮਰਜੈਂਸੀ ਆ ਸੋ ਇਹ ਸਿਚੁਏਸ਼ਨ ਹੈਗੀ ਆ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਨਾ ਕਈ ਵਾਰੀ ਕੀ ਹੁੰਦਾ ਵੀ ਕੁਝ ਇਲਾਕਿਆਂ ਦੇ ਵਿੱਚ ਮੀਂਹ ਕਈ ਈ ਦੀ ਘੱਟ ਪੈਂਦਾ ਆ ਉਹ ਕਿੰਨੇ ਵੀ ਐਵੇਂ ਹੀ ਕਹੀ ਜਾਂਦੇ ਆ ਪਰ ਨਹੀਂ ਇਦਾਂ ਦੀ ਗੱਲ ਨਹੀਂ ਹੁੰਦੀ ਇਹ ਤੁਸੀਂ ਆਲਰੇਡੀ ਜਿਹੜੇ ਲਾਈਵ ਕੈਮਸ ਆ ਨਾ ਚਾਹੇ ਯੋਸੇਮਿਟੀ ਦੇ ਦੇਖ ਲਓ ਚਾਹੇ ਸਿਆਰਾ ਨਵਾੜਾ ਦੇ ਹੋਰ ਥਾਵਾਂ ਦੇ ਉੱਤੇ ਦੇਖ ਲਓ ਤੁਸੀਂ ਦੇਖ ਸਕਦੇ ਆਂ ਵੀ ਬਲੇਜ਼ਰਡ ਕੰਡੀਸ਼ਨਸ ਬਣੀਆਂ ਪਈਆਂ ਚਾਹੇ ਉਹਨਾਂ ਇਲਾਕਿਆਂ 'ਚ ਲੋਕ ਥੋੜੇ ਰਹਿੰਦੇ ਆ ਪਰ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਆ ਆਉਣ ਜਾਣ ਦਾ ਤੇ ਉਹ ਸਾਰੀਆਂ ਚੀਜ਼ਾਂ ਡੋਨਰ ਪਾਸ ਜਿਹੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਆਸਾ ਜਿੱਥੋਂ ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਟਰੱਕ ਲੰਘਦੇ ਆ ਉਥੇ ਹਰ ਘੰਟੇ ਚ 1 ਤੋਂ 2 ਇੰਚ ਸਨੋ ਪੈ ਰਹੀ ਆ ਸੋ ਉਥੇ ਜਿਹੜੀ ਸਪੀਡ ਆ ਹਵਾ ਦੀ 50 ਤੋਂ 100 ਮੀਲ ਤੱਕ ਹੋ ਸਕਦੀ ਆ 72 ਘੰਟੇ ਸਟ੍ਰੇਟ ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਵੀ ਸਥਿਤੀ ਕਿੰਨੀ ਮਾੜੀ ਜਿਹੜੀ ਆ ਉਥੇ ਬਣ ਸਕਦੀ ਆ ਸੋ ਜੇ ਇਹ ਸੋਚੋ ਵੀ ਤੁਹਾਡੇ ਵਾਲੇ ਪਾਸੇ ਨਹੀਂ ਇੰਨਾ ਮੀਂਹ ਤੇ ਬਰਫ਼ ਨਹੀਂ ਪੈ ਰਹੀ ਇਹ ਮੰਤਵੇ ਨਹੀਂ ਆ ਵੀ ਬਾਕੀ ਥਾਵਾਂ ਤੇ ਸਥਿਤੀ ਇਦਾਂ ਦੀ ਨਹੀਂ ਆ ਸੋ ਮਿਲੀਅਨਸ ਆਫ ਕੈਲੀਫੋਰਨੀਆ ਓਰੇਗਨ ਤੇ ਵਾਸ਼ਿੰਗਟਨ ਦੇ ਜਿਹੜੇ ਲੋਕ ਆ ਉਹਨਾਂ ਨੂੰ ਵਿంటర్ ਵਾਰਨਿੰਗ ਦੇ ਵਿੱਚ ਰੱਖਿਆ ਗਿਆ ਹੈ